14ਵੀਂ ਕਹਾਣੀ ਜੰਗਲੇ 'ਚ ਭਟਕਣਾ। ਸੀਨੇ ਪਹਾੜੇ ਪਰ ਪਰਮਾਤਮੇ ਸੋਗੀ ਵਾਅਦਾ ਕਰਨ ਤੋਂ ਬਾਅਦ ਪਰਮਾਤਮਾ ਇਜ਼ਰਾਈਲੀ ਲੋਕਾਂ ਦੀ ਅਗਵਾਈ ਵਾਅਦੇ ਦੇ ਦੇਸ਼ ਕਨਾਨ ਤਿਕਰ ਕੀਤੀ। ਪਰਮਾਤਮਾ ਬਦਲੇ ਦੇ ਖੰਭੇ 'ਚ ਤਿੰਨਾਂ ਦੀ ਅਗਵਾਈ ਕੀਤੀ। ਕਨੇ ਸਹਿ ਤਿਸ ਦੇ ਪਚਾਂ ਪਚਾਂ ਚੱਲੇ। ਪਰਮਾਤਮਾ ਅਬਰਾਹਮ ਇਸਹਾਕ ਕਨੇ ਯਾਕੂਬੇ ਨੇ ਵਾਅਦਾ ਕੀਤਾ ਥਾ ਕਿ ਸਹਿ ਵਾਅਦੇ ਦਾ ਦੇਸ਼ ਤਿੰਨਾਂ ਦੇ ਬੰਸੇ ਜੋ ਦਿੰਗਾ। ਅਪਰ ਇਸ ਵਕਤ ਉੱਥੋਂ ਮਤੀਆਂ ਜਾਤੀਆਂ ਦੇ ਲੋਕ ਰਹਿੰਦੇ ਥੇ। ਸਹਿ ਲੋਕ ਕਨਾਨੀ ਜਾਤੀ ਦੇ ਕਹਿਲਾਂਦੇ ਥੇ। ਇਹ ਕਨਾਨੀ ਲੋਕ ਪਰਮਾਤਮੇ ਦੀ ਆਰਾਧਨਾ ਨਹੀਂ ਕਰਦੇ ਥੇ, ਇਸ ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ ਥੇ। ਸਹਿ ਝੂਠੇ ਦੇਵਤਿਆਂ ਦੀ ਭਗਤੀ ਕਰਦੇ ਥੇ, ਕਨੇ ਮਤੇ ਬੁਰੇ ਕੰਮ ਕਰਦੇ ਥੇ। ਪਰਮਾਤਮਾ ਇਜ਼ਰਾਈਲੀ ਲੋਕਾਂ ਨੇ ਗਲਾਇਆ, ਜਲੂ ਤੁਹਾਂ ਤਿਸ ਵਾਅਦੇ ਦੇ ਦੇਸ਼ 'ਚ ਜਾਣ ਤਾਂ ਉੱਥੋਂ ਦੇ ਸਾਰੇ ਕਨਾਨੀ ਲੋਕਾਂ 'ਤੇ ਛੁਟਕਾਰਾ ਪਾਈ ਲੈਂਦੇ ਹੋ। ਤਿੰਨਾਂ ਸੋਕੀ ਯਾਰੀ ਦੋਸਤੀ ਮਤ ਬਣਾਉਣਾ, ਕਨੇ ਤਿੰਨਾਂ ਨੇ ਵਿਆਹ ਵੀ ਮਤ ਕਰਦੇ। ਤੁਹਾਂ ਤਿੰਨਾਂ ਦੀਆਂ ਮੂਰਤੀਆਂ ਜੋ ਪੂਰੀ ਤਰ੍ਹਾਂ ਨਾਸ ਕਰੀ ਦਿੰਦੇ ਹੋ ਜੇ ਤੁਹਾਂ ਮੇਰਿਆਂ ਹੁਕਮਾਂ ਦਾ ਪਾਲਣ ਨਹੀਂ ਕਰਗੇ। ਕਨੇ ਮੇਰੇ ਬਦਲੇ ਤਿੰਨਾਂ ਦੇ ਦੇਵਤਿਆਂ ਦੀ ਭਗਤੀ ਕਰਗੇ ਤਾਂ ਤੁਹਾਂ ਸਜ਼ਾ ਦੇ ਹੱਕਦਾਰ ਹੋਵੋਗੇ। ਜਲੂ ਇਜ਼ਰਾਈਲੀ ਲੋਕ ਕਨਾਨ ਦੇਸ਼ ਦੀ ਜਾਂ ਸੀਮਾ ਅੱਲੀ ਪੁੱਜੇ, ਤਾਲੂ ਮੂਸੈ ਇਜ਼ਰਾਈਲੀ ਦੇਸ਼ ਦੇ ਹਰ ਇੱਕ ਗੋਤਰੇ ਦੇ ਇੱਕ ਇੱਕ ਕਰੀ ਨੇ 12 ਮਾਣੂਆਂ 'ਚ ਚੁਣਿਆ। ਤਿੰਨੀ ਤਿੰਨਾਂ ਮਾਣੂਆਂ ਜੋ ਹੁਕਮ ਦਿੱਤਾ ਕਿ ਜਾ ਕਨੇ ਤਿਸ ਦੇਸ਼ ਦਾ ਪਤਾ ਲਗਾ, ਕਨੇ ਦਿੱਖੀ ਕਰੀ ਆਵਾ ਕਿ ਸਹਿ ਕਦਿਆ ਦੇਸ਼ ਹੈ। ਤਿੰਨਾਂ ਜੋ ਇਸ ਤਰ੍ਹਾਂ ਵੀ ਗੱਲਿਆ ਕਿ ਸਹਿ ਪਤਾ ਲਗਾਨ ਕਿ ਕਨਾਨੀ ਲੋਕ ਕਿਤਨੇ ਤਾਕਤਵਰ ਕਨੇ ਕਿਤਨੇ ਕਮਜ਼ੋਰ ਹਨ। ਤਿੰਨਾਂ 12 ਮਾਣੂਆਂ 40 ਦਿਨ ਕਨਾਨ ਦੇਸ਼ 'ਚ ਸਫ਼ਰ ਕੀਤਾ, ਕਨੇ ਫਿਰੀ ਸਹਿ ਵਾਪਸ ਆਈ ਗਏ। ਤਿੰਨਾਂ ਲੋਕਾਂ ਜੋ ਦੱਸਿਆ ਕਿ ਉੱਥੋਂ ਦੇ ਖੇਤ ਕਨੇ ਧਰਤੀ ਬੜੀ ਫਲਵੰਤ ਹੈ। ਅਪਰ 10 ਭੇਤੀਆਂ ਗਲਾਇਆ ਤਿੰਨਾਂ ਦੇ ਮਾਣੂ ਬੜੇ ਮਜ਼ਬੂਤ ਕਨੇ ਲੰਬੇ ਚੌੜੇ ਹਨ, ਜੇ ਅਹਾਂ ਤਿੰਨਾਂ ਪਰ ਹਮਲਾ ਕਰਦੇ ਹਨ ਤਾਂ ਸਹਿ ਜ਼ਰੂਰ ਅਹਾਂ ਜੋ ਹਰਾਈ ਦੇਂਗੇ, ਕਨੇ ਅਹਾਂ ਜੋ ਮਾਰੀ ਦੇਂਗੇ। ਤਿਸ ਵਕਤ ਕਾਲੇਬ ਕਨੇ ਯਹੋਸ਼ੂ ਕਨੇ ਦੋਵਾਂ ਦੋ ਬੇਤੀਆਂ ਗਲਾਇਆ, ਇਹ ਸੱਚ ਹੈ ਕਿ ਕਨਾਨ ਦੇਸ਼ ਦੇ ਲੋਕ ਲੰਬੇ ਕਨੇ ਤਾਕਤਵਰ ਹਨ, ਅਪਰ ਸਹਿ ਜ਼ਰੂਰ ਅਹਾਂ ਤਿੰਨਾਂ ਜੋ ਹਰਾਈ ਸਕਦੇ ਹਨ, ਪਰਮਾਤਮਾ ਅਹਾਂ ਕਨੇ ਲੜਗਾ। ਅਪਰ ਲੋਕਾਂ ਕਾਲੇਬ ਕਨੇ ਯਹੋਸ਼ੂ ਦੀ ਨਹੀਂ ਸੁਣੀ। ਸਹਿ ਮੂਸਾ ਕਨੇ ਹਾਰੂਨ ਪਰ ਗੁੱਸਾ ਹੋਈ ਗਏ, ਕਨੇ ਗਲਾਇਆ ਤੁਹਾਂ ਅਹਾਂ ਜੋ ਇਸ ਖਤਰਨਾਕ ਜਗ੍ਹਾ ਪਰ ਕਜੋ ਲਈ ਨੇ ਆਇਓ ਹਨ, ਅਹਾਂ ਜੋ ਮਿਸਰ ਦੇਸ਼ 'ਚ ਹੀ ਰਹਿਣਾ ਚਾਹੀਦਾ ਥਾ। ਜੇ ਅਹਾਂ ਤਿਸ ਦੇਸ਼ 'ਚ ਜਾਂਦੇ ਹਨ ਤਾਂ ਅਹਾਂ ਲੜਾਈ 'ਚ ਮਾਰੇ ਜਾਂਗੇ, ਕਨੇ ਕਨਾਨ ਦੇਸ਼ ਦੇ ਲੋਕ ਅਹਾਂ ਦੀਆਂ ਲਾੜੀਆਂ ਕਨੇ ਬੱਚਿਆਂ ਜੋ ਗੁਲਾਮ ਬਣਾਈ ਲੈਂਗੇ। ਜਲੂ ਤਿੰਨਾਂ ਲੋਕਾਂ ਇਹਾਂ ਗਲਾਇਆ ਤਾਂ ਪਰਮਾਤਮਾ ਬੜਾ ਗੁੱਸਾ ਹੋਈ ਗਿਆ ਥਾ। ਸਹਿ ਮਿਲਾਪ ਵਾਲੇ ਤੰਬੂ 'ਚ ਆਇਆ, ਕਨੇ ਗਲਾਇਆ ਤੁਹਾਂ ਮੇਰੇ ਖਿਲਾਫ਼ ਬਗਾਵਤ ਕੀਤੀ, ਇਸ ਤਾਈਂ ਤੁਹਾਂ ਸਭਨਾ ਜੋ ਭਟਕਣਾ ਹੋਊਗਾ। ਹਰ ਇੱਕ ਜਣ ਜਿਹੜਾ 20 ਸਾਲ ਜਾਂ ਇਸ ਤੋਂ ਜ਼ਿਆਦਾ ਉਮਰਾਂ ਦਾ ਹੈ ਤਿੱਥੋਂ ਮਰੀ ਜਾਂਗਾ, ਕਨੇ ਕਦੇ ਵੀ ਇਸ ਦੇਸ਼ 'ਚ ਜਾਈ ਨਹੀਂ ਪਾਉਂਗਾ ਜਿਹੜਾ ਮੈਂ ਤੁਹਾਂ ਜੋ ਦਿੰਦਾ ਹੈ। ਸਿਰਫ ਕਾਲੇਬ ਕਨੇ ਯਹੋਸ਼ੂ ਇਸ ਦੇਸ਼ 'ਚ ਜਾਈ ਸਕਗੇ। ਜਲੂ ਲੋਕਾਂ ਇਹ ਸੁਣਿਆ ਤਾਂ ਸਹਿ ਦੁਖੀ ਹੋਏ, ਕਜੋ ਕਿ ਤਿੰਨਾਂ ਪਾਪ ਕੀਤਾ ਥਾ। ਇਸ ਤਾਈਂ ਤਿੰਨਾਂ ਕਨਾਨ ਦੇਸ਼ ਦੇ ਲੋਕਾਂ ਪਰ ਹਮਲਾ ਕਰਨ ਦਾ ਫੈਸਲਾ ਕੀਤਾ। ਮੂਸਾ ਤਿੰਨਾਂ ਜੋ ਸਾਵਧਾਨ ਕੀਤਾ ਕਿ ਯਹੋਵਾ ਪਰਮਾਤਮਾ ਤੁਹਾਂ ਸੋਗੀ ਨਹੀਂ ਹੈ, ਮਤ ਜਾ ਨਹੀਂ ਤਾਂ ਤੁਹਾਂ ਦੁਸ਼ਮਣਾਂ 'ਤੇ ਹਾਰੀ ਜਾਂਗੇ। ਅਪਰ ਤਿੰਨਾਂ ਮੂਸਾ ਦੀਆਂ ਗੱਲਾਂ ਜੋ ਨਹੀਂ ਸੁਣਿਆ। ਪਰਮਾਤਮਾ ਇਸ ਲੜਾਈਆਂ 'ਚ ਤਿੰਨਾਂ ਸੋਗੀ ਨਹੀਂ ਥਾ, ਇਸ ਤਾਈਂ ਕਨਾਨੀ ਲੋਕਾਂ ਤਿੰਨਾਂ ਜੋ ਹਰਾਈ ਦਿੱਤਾ, ਕਨੇ ਤਿੰਨਾਂ 'ਚ ਕੁਛ ਲੋਕ ਮਾਰੇ ਵੀ ਗਏ। ਤਾਲੂ ਇਜ਼ਰਾਈਲੀ ਲੋਕ ਕਨਾਨ ਦੇਸ਼ 'ਤੇ ਵਾਪਸ ਹਟੀ ਆਏ।
तने इजरायली लोग 40 साल तिकर जंगले च ही भटकते रहे। 40 साल दे दौरान जालू इजरायली लोग जंगले च भटकते रहे, तालू परमात्मा तिना ताई इंतजाम किता, तिनी तिना जो स्वर्गे ते रोटी दिती जिसी मन्ना गलांदे हन। परमात्मा तिना दे तमुआ च बटेर पंछी घले ताजे तिना आली खाने ताई मास भी होवे। इन्हां 40 सालां च ना ता कुसी दे कपड़े पराने हुए, कने ना ता तिना दे जुत्ते फटे। परमात्मा तिना जो पीने ताई चमत्कारी रूपे ने चट्टाना ते पानी भी दिता, अपर ए सब कुछ मिलने ते बाद भी इजरायली लोग परमात्मा दे खिलाफ कने मूसा दे खिलाफ बुड़बुड़ांदे रहे। फिर भी परमात्मा अपने वादे पर विश्वासे जोगा बनी रहा, जेड़ा तिनी अब्राहम इसहाक कने याकूबे ने कित्या था। एक वक्त होर आया जालू इजरायली लोकां जो पीने दा पानी नहीं मिला, ता परमात्मा मूसा ने गलाया, जालू तू चट्टाना जो पानी देने ताई गलांगा, तालू तिसा चट्टाना ते पानी अपू निकलना लगी पौंगा। अपर मूसा चट्टाना जो गलाने दी जगह पर तिनी दो बारी सोठिया ने मारिया। इस तरीके ने तिनी परमात्मा दे हुक्मे दा पालन नहीं किता, तिनी परमात्मा दे हुक्मे दा पालन नहीं किता। तालू चट्टाना ते पीने ताई पानी ता निकली आया, अपर परमात्मा मूसा पर बड़ा गुस्सा होया, कने गलाया, तू मेरे हुक्मे दा पालन नहीं किता, इस ताई तू वादे दे देसे च जाई नहीं पांगा। जालू इजरायली लोकां दा 40 साल तक जंगले च भटकने दा वक्त पूरा हो ही गया था, तालू जिन्हां परमात्मा ने बगावत कीती थी सह सारे मरी गए थे। तालू परमात्मा फिर लोकां जो वादे दे देस घल्लिया, कने तिन्हां दी अगवाई कीती। मूसा बड़ा जबरा हो गया था, तिस दी मदद करने ताई परमात्मा यूसुफ जो चुनिया कि सह लोकां दी अगवाई करी सके। परमात्मा मूसा ने वादा किता कि एक दिन सह तिन्हां लोकां आली मूसा साइए एक भविष्यवक्ता गलगा। तालू परमात्मा मूसे जो एक पहाड़े दी चोटियां पर जाने ताई गलाया, तांजे सह वादे दे देश दिखी सके। मूसे वादे दे देश जो दिखिया, अपर परमात्मा मूसे जो तिस देशे च जाने दी इजाजत नहीं दिती। तिस ते बाद मूसा मरी गया, कने इजरायली लोकां 30 दिन सोक मनाया। यहोशू तिन्हां दा नवा अगुआ बनी गया। यहोशू एक खरा अगुआ था, कजो कि तिन्नी परमात्मे पर विश्वास किता, कने तिसदे हुक्मां दा पालन किता।